ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਨਿਊ ਵਲੌਗ। ਇੱਥੇ ਅੱਜ ਬਣਨ ਲੱਗਿਆ ਆਲੂ ਵਾਲੇ ਪਰੌਂਠੇ। ਹੈਗਾ ਮੰਮੀ ਘਿਓ ਹੈਗਾ? ਲਓ ਬਈ ਮੰਮੀ, ਇੰਨਾ ਸਮਾਨ ਲਿਆਂਦਾ ਆਪਾਂ ਫੇਨ ਲਈ, ਫਿਰ ਵੀ ਕੜਛੀ ਨਾ। ਚਲੋ ਬਈ, ਆਲੂ ਬਾਲੇ ਸੀਗੇ ਤੇ ਅੱਜ ਪੱਕਣਗੀਆਂ ਫਿਰ ਆਲੂ ਵਾਲੇ ਪਰੌਂਠੇ। ਘਿਓ ਘਿਓ ਆਪਾਂ ਲੈ ਆਉਣੇ ਆ, ਫਿਰ ਘੈਂਟ ਨਜ਼ਾਰੇ ਨਾਲ ਖਾਵਾਂਗੇ ਆਪਾਂ। ਆਹ ਦੇਖੋ ਬਈ, ਮੀਂਹ ਦੇ ਵਿੱਚ ਮੈਂ ਲਾਈ ਸੀ ਦੁਪਹਿਰ ਖੜੀ, ਤੁਹਾਨੂੰ ਪਤਾ ਦੇਖੋ ਕਿੱਦਾਂ ਹਰੀ ਵੀ ਹੋ ਗਈ। ਹੁਣ ਦੇਖਿਓ ਇਹਨੂੰ ਫੁੱਲ ਲੱਗਦੇ, ਇਹ ਕਹਿਦੇ ਚ ਲਾ ਤੀ ਕਿੰਨੀ ਵਧੀਆ ਹੋ ਗਈ ਦੇਖੋ। ਤੇ ਆਹ ਜਿਹੜਾ ਮਹੀਨਾ ਵਾ ਇਹ ਬਹੁਤ ਵਧੀਆ ਮਹੀਨਾ ਵਾ, ਇਹਦੇ ਚ ਅੱਸੂ ਮੰਮੀ ਮਹੀਨਾ ਹੈ। ਤੇ ਆਹ ਮਹੀਨਾ ਵਾ ਅੱਸੂ ਮਾਂ ਨਿਰਾਲਾ ਹੈ, ਨਾ ਗਰਮੀ ਨਾ ਪਾਲਾ ਹੈ, ਹੈ ਨਾ। ਇਹਦੇ ਚ ਨਾ ਗਰਮੀ ਹੋਣੀ ਤੇ ਨਾ ਠੰਡ ਹੋਣੀ ਆ, ਬੜਾ ਵਧੀਆ ਮਹੀਨਾ। ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ ਕਈ ਪੈਰ ਦੀਆਂ। ਹਾਂ ਭਾਦੋਂ ਚ ਮੀਂਹ ਪੈ ਫਿਰ ਵੀ ਵਾਧੂ, ਧੁੱਪ ਧੁੱਪ ਨੀ ਕਹਿਰ ਦੀ ਲੱਗੀ, ਮਤਲਬ ਉਲਟ ਹੋਇਆ। ਜਿਵੇਂ ਸਾਵਣ ਬੱਦਲ ਵਸਦੇ ਨੇ, ਅੰਬ ਚ ਮੂਹੇ ਰਸਦੇ ਨੇ, ਸਾਉਣ ਚ ਗਰਮੀ ਬਹੁਤ ਸੀ, ਭਾਦੋਂ ਚ ਰੇਨ ਵੀ ਨੀ ਸੀ ਗਰਮੀ। ਕਿਵੇਂ ਕਿਵੇਂ ਆਹ ਲੈ ਲਿਆ ਸਮਾਨ, ਗੋਭੀ ਬੀਬੂ ਡਿੱਗ ਗਿਆ ਤਾਂ ਪੱਕੇ ਥਾਂ ਚ ਹੀ ਵੱਲ ਹੋ ਗਈ, ਪਤਾ ਨੀ ਕਾਹਦੀ ਆ ਮੰਮੀ, ਕਾਹਦੀ ਵੱਲ ਆ, ਹਲਵੇ ਦੀ ਹੋਣੀ ਹਨਾ। ਚਲੋ ਵਧੀਆ, ਘਰੇ ਹਲਵੇ ਲੱਗਣਗੇ। ਲੈ ਮੰਮੀ ਨੇ ਤੈਨੂੰ ਆਟਾ ਹੀ ਗੁੰਨਤਾ ਹੈ ਆਲੂਆਂ ਦਾ। ਪਹਿਲਾਂ ਗਾ ਸਬਜ਼ੀ ਬਣਾਉਣੀ ਸੀ ਅਸੀਂ, ਸਾਡਾ ਜੀ ਕੀਤਾ ਆਲੂਆਂ ਵਾਲੇ ਰੋਟੀਆਂ, ਤਾਂ ਅਸੀਂ ਕਹਿਤਾ ਮੰਮੀ ਬਣਾ ਫਿਰ ਉਹ ਹਰੀਆਂ ਜਾਂ ਮਿਰਚਾਂ ਪਾ ਦੇ, ਇਹ ਆਲੂਆਂ ਚ ਪਾ ਦੇ ਸੱਚ, ਮਿਕਸ ਕਰ ਦੇ ਨਾ, ਨਹੀਂ ਰਾਤੇ ਚ ਪਾ ਲਾਂਗੇ, ਰਾਤੇ ਚ ਪਾ ਲੈ। ਹਾਂ ਇਹ ਵੀ ਸਹੀ ਹੈ। ਗਾਇਸ ਹੁਣ ਪ੍ਰਸ਼ਾਦ ਖਾਂਦੇ ਪਏ ਆ, ਠੀਕ ਆ। ਮੰਮੀ ਤੇ ਡੈਡੀ ਗਏ ਸੀ ਨਾ ਗੁਰਦੁਆਰੇ ਤੇ ਲੈ ਕੇ ਆਏ ਆ। ਹੇ ਗਾਇਸ ਜਿਮ ਜਾਂਦਾ ਵਾ, ਨਹੀਂ ਕੜਾ ਖਾ ਲੈਣਾ ਆਪਾਂ ਕੌਲੀਆਂ ਕੌਲੀਆਂ ਪਾ ਦੋ ਹੈ, ਫਿਰ ਜਿਮ ਕੀ ਕਰੂ ਉੱਥੇ। ਬਾਬਾ ਜੀ ਘਰੋਂ ਸਪੈਸ਼ਲ ਲੈ ਕੇ ਆਇਆ, ਅੱਜ ਸੰਗਰਾਂਦ ਸੀਗੀ, ਕਹਿੰਦਾ ਬਾਬਾ ਵੀਡੀਓ ਤੋਂ ਬਾਅਦ ਗਾਇਸ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਫਿਰ ਉਹ ਕਲਿੱਪ, ਆ ਰਹਿਣਾ ਥੋੜੀ ਆ। ਕਹਿੰਦਾ ਮਹੀਨੇ ਬਾਅਦ ਹੀ ਖਾਂਦਾ ਮੈਂ ਕੜਾ। ਅਕਲ ਸਿੱਖ ਮਾੜੀ ਮੋਟੀ ਕੀ, ਮੈਨੂੰ ਸਿਖਾ ਯਾਰ ਅਕਲ। ਕੋਈ ਨੀ ਖਾਵਾ, ਇਹਦੇ ਨਾਲ ਕੀ ਪੇਟ ਵਧਣਾ ਬਾਬੇ ਦਾ, ਬਾਬੇ ਨੇ ਘਟਾਉਣਾ ਸਭ। ਖਾ ਖਾ ਅਸੀਂ ਬਣਾ ਕੇ ਆਏ ਹਾਂ, ਤਾਂ ਫਿਰ ਇਹ ਚ ਕੀ ਗੱਲ ਕੀ ਕੀਤੀ ਅਸੀਂ ਬਣਾ ਕੇ ਆਏ ਸੇਵਾ ਚ, ਵੀ ਤੂੰ ਹੀ ਖਾਣਾ ਵਾ। ਸੰਗਤ ਨੂੰ ਵਰਤਾਓ, ਤੂੰ ਆਪ ਹੀ ਖਾ ਗਿਆ, ਬਚਿਆ ਉੱਥੇ ਕਿ ਨਹੀਂ। ਇਹ ਗਾਇਸ ਸ਼ਾਮ ਨੂੰ ਵੀ ਜਾਂਦਾ ਹੁੰਦਾ ਉਦਾਂ ਗੁਰਦੁਆਰੇ, ਭਾਵੇਂ ਜਾਵੇ ਨਾ, ਤੇ ਜਿੱਦਣ ਸੰਗਰਾਂਦ ਸ਼ਾਮ ਨੂੰ ਵੀ ਜਾਣਾ ਵਾ, ਕੜਾ ਠੰਡਾ ਮਿਲਦਾ ਕਹਿੰਦਾ, ਪੱਕਾ ਰੁਮਾਲ ਬੰਨ ਕੇ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਅੱਜ ਤਾਂ ਆਇਆ ਵੀ ਕੜਾ ਵਾ ਪਿਆ। ਉਹ ਕਹਿੰਦੇ ਫੇਰ ਇੱਕ ਦਿਨ ਤੇ ਇੱਦਾਂ ਆਇਆ ਤੁਰਿਆ ਜਾਂਦਾ, ਉਹ ਕਹਿੰਦੇ ਹੈ ਨੀ ਕੜਾ, ਕਹਿੰਦਾ ਅੱਛਾ ਚਲੋ ਫਿਰ ਚੱਲ ਜਾਂਦੇ। ਚਲੋ ਖਾ ਲਾ, ਐਵੇਂ ਵਿਚਾਰੇ ਨੂੰ ਵਿਹਲਾ ਪਾਇਆ ਉਦੋਂ ਦਾ, ਕੈਮਰੇ ਦਾ ਕਰਕੇ ਕੌਣ ਖਾਂਦਾ। ਬਿਗ ਬੋਸ ਚ ਤੈਨੇ ਪਤਲਾ ਹੋ ਕੇ ਆਉਣਾ, ਕੁਝ ਨੀ ਖਾਣਾ ਕੈਮਰੇ ਅੱਗੇ, ਖਾ ਲਾ ਚਾ ਖਾ।
ਕਰਤਾ ਬੰਦ ਇੰਨਾ ਕੀ ਖਾਣਾ ਵਾ ਆ ਦੂਰਾ ਆ ਗਿਆ ਸਾਰੀ ਕੌਲੀ ਖਾ ਦੂਰਾ ਗੇੜ ਚੱਲਿਆ ਹੁਣ ਇੰਨਾ ਕੀ ਦਿਆ ਗੁਰੂਆ ਇੰਨਾ ਇੰਨਾ ਕਰਕੇ ਤੂੰ ਪਤਾ ਕਿੰਨਾ ਖਾ ਬਾਹਾਂ ਚਾਰ ਕ ਗੇੜੇ ਲੱਗਣੇ ਇੱਥੇ ਉੱਥੇ ਵੀ ਖਾ ਕੇ ਆਇਆ ਹੈ ਗੁਰਦੁਆਰੇ ਆ ਬਾਬਾ ਉਹ ਤੇ ਗੁਰਦੁਆਰੇ ਦਾ ਹੀ ਉਹ ਗੁਰਦੁਆਰੇ ਚੱਲ ਕੇ ਖਾਦਾ ਕੱਲ ਚਗੱਤੇ ਵਾਲੇ ਮੇਲ ਮਤਲਬ ਭੋਗ ਪੈਣਾ ਉੱਥੇ ਵੀ ਕੜਾ ਹੋਣਾ ਇਹ ਆਲੇ ਦੁਆਲੇ ਪਿੰਡ ਵੀ ਨਹੀਂ ਛੱਡਦਾ ਜਿੱਥੇ ਕੜਾ ਬਣਿਆ ਚੱਲ ਆ ਜੋ ਗੁਰਦੁਆਰੇ ਦਾ ਪਸੰਦ ਵਿਚਾਰੇ ਨੇ ਚਲੋ ਲੂਣ ਮਿਰਚ ਪਾਤਾ ਇਹਦੇ ਚ ਬਹੁਤ ਤੂੰ ਮਸਾਲਾ ਟੇਸਟ ਵੇਖ ਲਈਏ ਮੇਲਾ ਕਿੱਦਾਂ ਦਾ ਸਹੀ ਆ ਲੂਣ ਪਾ ਲਾ ਥੋੜਾ ਹੋਰ ਲੂਣ ਮੈਂ ਬੜਾ ਪਾਉਣੀ ਆ ਰੋਟੀ ਦੇ ਵਿੱਚ ਘੱਟ ਨਾ ਜਾਵੇ ਰੋਟੀ ਵੀ ਆ ਹਨਾ ਮੜਾ ਆ ਪਾ ਦੇ ਚਲੋ ਬਈ ਦੇਖੋ ਆਲੂ ਵਾਲੀਆਂ ਰੋਟੀਆਂ ਪੱਕਦੀਆਂ ਪਈਆਂ ਇੱਥੇ ਦੇਖ ਸਕਦੇ ਤੁਸੀਂ ਤੇ ਮੈਨੂੰ ਬਹੁਤ ਸੋਹਣੀਆਂ ਲਾਈਆਂ ਹੈ ਤੇ ਘਿਓ ਰੱਜੀ ਕਹਿਤਾ ਡੈਡੀ ਨੂੰ ਕਿਉਂ ਦੇਸੀ ਘਿਓ ਨਾਲ ਤਾਂ ਮਜ਼ਾ ਆਉਣਾ ਚੱਲ ਦਹੀਂ ਲੱਸੀ ਨਾ ਖਾਣੇ ਇੱਥੇ ਬਹਿ ਕੇ ਖਾਂਦੇ ਆਪਾਂ ਪਰੌਂਠੇ ਲਿਆਵਾਂ ਲੱਸੀ ਬਿੰਦੀ ਮੈਂ ਉਹ ਲਿਆਉਣਾ ਖਾਈ ਗਲਾਸ ਦੋ ਲਿਆਈ ਥੱਲੇ ਵਾਲਾ ਸਾਰਾ ਪਰੌਂਠਾ ਖਾਣਾ ਠੀਕ ਆ ਗਲਾਸ ਦੋ ਲਿਆਈ ਦੋ ਮੇਰੇ ਲਈ ਵੀ ਲੈ ਆਈ ਰਾਤ ਆਪਾਂ ਅੰਦਰ ਵਾੜਿਆ ਹੀ ਨੀ ਰੋਟੀਆਂ ਹੈਗੀ ਆ ਮੰਮੀ ਕਿ ਨਾਲ ਲੱਸੀ ਖਾਧੀਆਂ ਗਈਆਂ ਖਾਂਦਾ ਪਿਆ ਬਹੁਤ ਘੈਂਟ ਸਵਾਦ ਆ ਮੈਂ ਲਾਪੀ ਨੂੰ ਖਲਾਵਾਂ ਹਣਾ ਲਾਪੀ ਨੂੰ ਖਲਾਵਾਂ ਖਲਾ ਦੇ ਖਲਾ ਦੇ ਉਹ ਵੀ ਖਾ ਲਵੇ ਵਾਹ ਸੱਚੀ ਸਵਾਦ ਐਂਡ ਆ ਮਜ਼ਾ ਹੀ ਆ ਲੱਸੀ ਵੀ ਘੈਂਟ ਆ ਦਹੀਂ ਦੇ ਵਿੱਚ ਪਾਇਆ ਵਾ ਟਮਾਟਰ ਥੋੜਾ ਥੋੜਾ ਕੱਟ ਕੇ ਖੀਰਾ ਮੰਮੀ ਖੀਰਾ ਪਾਇਆ ਦਹੀਂ 'ਚ ਅੱਛਾ ਅੱਛਾ ਕੱਦੂ ਪਾਇਆ ਵਾ ਖੀਰਾ ਨਹੀਂ ਰੋਟੀ ਤਾਂ ਤੁਹਾਨੂੰ ਪਤਾ ਹੀ ਆ ਬਈ ਫੁੱਲ ਆਲੂ ਆ ਆਲੂ ਹੀ ਆਲੂ ਬੰਦਾ ਦੋਵਾਂ ਨੇ ਰੱਜ ਜਾਂਦਾ ਵਾ ਗਾਇਸ ਕੜਾ ਖਾਣ ਤੋਂ ਬਾਅਦ ਇਹ ਸਾਨੂੰ ਮਿਲਿਆ ਡਾਇਰੈਕਟ ਪਰੌਠੇ ਖਾਣ ਨਹੀਂ ਇੱਕ ਮਿੰਟ ਮੈਂ ਕੁਝ ਖਾਣਾ ਹੈ ਕੜਾ ਖਾ ਕੇ ਬਹਿ ਜਾ ਚੱਲ ਰੋਟੀ ਦਾ ਟਾਈਮ ਆ ਇਹ ਚੱਲ ਰੋਟੀ ਤਾਪਾਂ ਆ ਆਪਾਂ ਖਾਦੀ ਵੇ ਸਾਫ ਕਰ ਲੈ ਕੇ ਚੱਲ ਐਵੇਂ ਕਰ ਦੇਈਦੀ ਆਪਦਾ ਗੋਬਰ ਗੈਸ ਹੀ ਬਣਾਇਆ ਪਿਆ ਢਿੱਡ ਮੋਟਰ ਤੋਂ ਆਏ ਆ 6 ਵੱਜਣ ਵਾਲੇ ਆ ਸ਼ਾਮ ਦੇ ਤੇ ਇੱਥੇ ਬੈਠੇ ਹੋਏ ਮੰਮੀ ਤੇ ਮੈਂ ਮੈਂ ਸਿਰ ਨਾ ਕੇ ਆਇਆ ਸੀਗਾ ਤੇ ਵਾਲ ਮੜੇ ਜਿਹੇ ਸੁੱਕੇ ਆ ਤੇ ਅੱਜ ਬਣਨ ਲੱਗੀ ਆ ਗੋਭੀ ਦੀ ਸਬਜ਼ੀ ਦੇਖੋ ਬਈ ਅੱਜ ਗੋਭੀ ਬਣਨੀ ਆ ਕੱਟਣ ਦਈ ਗੋਭੀ ਨੂੰ ਗਰਮ ਪਾਣੀ ਚ ਲੂਣ ਪਾ ਕੇ ਉਹਦੇ ਚ ਕਰ ਗਰਮ ਪਾਣੀ ਚ ਲੂਣ ਪਾ ਕੇ ਕੀ ਬਾਲਣਾ ਪਹਿਲਾਂ ਹਾਂ ਬਾਲਾਂਗੇ ਬਾਲ ਕੇ ਬਾਅਦ ਚ ਸਫਾਈ ਹੋ ਗਈ ਜਦੋਂ ਫੇਰ ਬਣਾਉਣੀ ਸਬਜ਼ੀ ਹਨ ਤਾਂ ਅਸੀਂ ਅੱਜ ਮੋਟਰ ਤੇ ਰਹਿ ਤੇ ਪੇਂਟਿੰਗ ਕਰਦੇ ਪਏ ਬੜੀ ਘੈਂਟ ਕੀਤੀ ਪੇਂਟਿੰਗ ਸਾਨੂੰ ਤਾਂ ਨਜ਼ਾਰਾ ਵਾ ਮੈਂ ਨਾ ਅੱਜ ਬਰਫ਼ ਕੱਢੀ ਇਹਦੇ 'ਚ ਦੇਖ ਲਓ ਬੜਾ ਨੱਪੀ ਦਾ ਬਰਫ਼ ਆ ਜਾਂਦੀ ਬਾਹਰ
ਤੇ ਇਹ ਮੈਂ ਤਾਂ ਕੱਢੀ ਆ ਛਾਲਿਆਂ ਤੇ ਲਾਉਣ ਵਾਸਤੇ, ਮੂੰਹ ਚ ਇੱਕ ਹੀ ਛਾਲਾ ਆਇਆ ਉਹਨੇ ਤੰਗ ਕੀਤਾ ਹੈ ਨਾ, ਤੇ ਇਸ ਲਈ ਮੈਂ ਸੋਚਿਆ ਵੀ ਆਪਾਂ ਆਹ ਬਰਫ ਲਾ ਲਈਏ। ਇੱਥੇ ਬਣਨ ਲੱਗਾ ਵਾ ਗੋਭੀ ਦੀ ਸਬਜ਼ੀ, ਤੇ ਮੰਮੀ ਨੇ ਪਾ ਤਾ ਅਦਰਕ ਵਿੱਚ, ਚੱਲ ਚੱਲ ਪਾ ਦੇ ਮੰਮੀ ਸਾਰਾ ਕੁਝ ਵਿੱਚ। ਹਾਂ ਇੱਦਾਂ ਕੰਮ ਕਰੋ ਮਿੰਟੋ ਮਿੰਟੀ। ਇੱਧਰ ਰੱਜੀ ਥਾਂ ਧੋਣ ਲੱਗੀ ਹੋਈ ਆ, ਵਾਹਵਾ ਚਿਰ ਹੋ ਗਿਆ ਸੀ ਸਾਫ਼ ਕੀਤੇ ਨੂੰ, ਥਾਂ ਜੇ ਦਾ ਕਰਕੇ ਨਾ ਤੁਹਾਨੂੰ ਪਤਾ ਹਨੇਰੀ ਜੀ ਚੱਲੀ ਹੀ ਆ, ਤੇ ਪੱਤੇ ਪੁੱਤੇ ਜ਼ਿਆਦਾ ਖਿਲਰ ਗਏ ਤਾਂ ਕਰਕੇ ਧੋਣ ਲੱਗੇ ਹੁਣ, ਉੱਦਾਂ ਵਾਹਵਾ ਚਿਰ ਹੀ ਹੋ ਗਿਆ ਇਹਨੂੰ ਕੀਤੇ ਨੂੰ ਸਾਫ਼। ਦੇਖੋ ਕਿੰਨੀ ਸੋਹਣੀ ਲੱਗਦੀ ਸਬਜ਼ੀ। ਚਲੋ ਬਈ ਅੱਜ ਬਣੀ ਗੋਭੀ ਦੀ ਸਬਜ਼ੀ ਨਾਲ ਸਿੰਪਲ ਇੱਕ ਰੋਟੀ, ਬਾ ਇੱਕ ਹੀ ਖਾਣੀ ਮੈਂ। ਬਹੁਤ ਗੋਭੀ ਦੀ ਸਬਜ਼ੀ ਬਹੁਤ ਘੈਂਟ ਬਣੀ ਸੀ, ਮੈਂ ਖਾ ਆ। ਬੜੇ ਦਿਨਾਂ ਬਾਅਦ ਇਹ ਵੀ ਵੀਡੀਓ ਪਾਉਣ ਲੱਗਾ ਬਈ, ਤੇ ਇਹਨੇ ਅੱਜ ਸਫਾਈ ਕੀਤੀ ਬਹੁਤ ਘੈਂਟ, ਤੁਹਾਨੂੰ ਪਤਾ ਬੜੀ ਵਧੀਆ ਕਰਦਾ ਸਫਾਈ। ਬਾਕੀ ਅੱਜ ਪੋਚਾ ਨਹੀਂ ਲਵਾਇਆ ਇਹਦੇ ਤੋਂ, ਵੈਕਿਊਮ ਇਕੱਲਾ ਕੀਤਾ, ਪੋਚਾ ਇਹਦਾ ਆਹ ਵਾ, ਇਹਦੇ ਨਾਲ ਇਹ ਪੋਚਾ ਲਾਉਂਦਾ, ਜਿੱਦਣ ਲੋੜ ਪੈਂਦੀ ਉਦਣ ਲਵਾ ਦੇਈਦਾ। ਅਸੀਂ ਤਾਰ ਪਟਾਕੇ ਮਾਰਦੀ ਪਈ ਮੰਮੀ, ਅਜੇ ਵੀ ਸਪਾਰਕ ਕਰਦੀ ਪਈ ਆ। ਹਾਂ ਵੇ ਇੱਥੋਂ ਇੱਥੋਂ ਦੇਖਿਓ ਧਿਆਨ ਨਾਲ, ਵਿੱਚੋਂ ਤੁਹਾਨੂੰ ਦਿਖੂਗੀ ਤਾਰ ਆ ਨਾ, ਇੱਥੋਂ ਕੋਠੀ ਨੂੰ ਲਾਈਟ ਜਾਂਦੀ ਆ। ਨਹੀਂ ਮੰਮੀ ਥਾਂ ਸੁੱਕਾ ਆ ਵਾ, ਇਹ ਪਤਾ ਨਹੀਂ ਕਿ ਪਾਣੀ ਪੂਣੀ ਪੈ ਗਿਆ ਤਾਰ ਦੇ ਅੰਦਰ, ਪਤਾ ਨਹੀਂ ਕੀ ਹੋਇਆ, ਤੇ ਇੱਥੋਂ ਸਪਾਰਕ ਕਰਦੀ ਪਈ, ਅੱਗੇ ਪਟਾਕਾ ਵੀ ਮਾਰ ਕੇ ਹਟੀ, ਹੁਣ ਜੇ ਹੋ ਗਈ ਖਰਾਬ ਤਾਂ ਵੇਖੀ ਜਾਊ। ਬੜੀ ਵਾਰੀ ਇੱਥੋਂ ਸੈੱਟ ਕੀਤੀ, ਇੱਥੋਂ ਮੈਂ ਨਾ ਪੈਂਪ ਪੂੰਪ ਪਾ ਕੇ ਨਵਾਂ ਹੀ ਕੰਮ ਕਰਾਂਗੇ। ਤੇ ਚਲੋ ਵਲੌਗ ਦਾ ਐਂਡ ਕਰਨਾ, ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਬਾਏ।